ਹਾਂਜੀ ਸਟੂਡੈਂਟਸ, ਆਪਣਾ 10 ਤਰੀਕ ਨੂੰ ਜਿਹੜਾ ਟੈਸਟ ਹੋਣਾ ਹੈਗਾ ਉਹਦੇ 'ਚ ਆਪਾਂ ਨੂੰ 8ਵਾਂ ਅਭਿਆਸ ਵੀ ਆਉਣਾ। ਸੋ 8ਵੇਂ ਅਭਿਆਸ ਦੇ ਵਿੱਚੋਂ ਤੁਹਾਨੂੰ ਫਾਈਨਲ ਪੇਪਰ ਦੇ ਵਿੱਚ ਕੁੱਲ 5 ਨੰਬਰ ਦਾ ਪੇਪਰ ਆਊਗਾ, ਇੱਕ ਸਵਾਲ 1 ਅੰਕ ਦਾ ਅਤੇ ਇੱਕ ਸਵਾਲ 4 ਅੰਕਾਂ ਦਾ। ਸੋ ਆਓ ਕੁਛ ਇਹਦੇ 1-1 ਅੰਕਾਂ ਵਾਲੇ ਇੰਪੋਰਟੈਂਟ ਸਵਾਲ ਜਿਹੜੇ ਨੇ ਉਹ ਦੇਖਦੇ ਹਾਂ। ਸੋ 1-1 ਅੰਕਾਂ ਦੇ ਵਿੱਚ ਪਹਿਲੀ ਜਿਹੜੀ ਟਾਈਪ ਹੈ ਸਵਾਲਾਂ ਦੀ ਉਹ ਹੈ ਕਿ ਇਸ ਤਰ੍ਹਾਂ ਬਟਿਆਂ ਦੇ ਵਿੱਚ ਤੁਹਾਨੂੰ ਰਕਮ ਆਊਗੀ, ਉਹਦੇ 'ਚ ਖਾਸੀਅਤ ਇਹ ਹੋਊਗੀ ਕਿ ਉੱਪਰਲੇ ਅਤੇ ਹੇਠਲੇ ਕੋਣ ਨੂੰ ਜੋੜ ਕੇ 90 ਬਣਦਾ ਹੋਊਗਾ, ਜਿਵੇਂ 65 ਅਤੇ 25 90 ਬਣਦਾ। ਤਾਂ ਇਹੋ ਜਿਹਾ ਜਿਹੜਾ ਸਵਾਲ ਹੋਊਗਾ ਉਹਦਾ ਆਨਸਰ ਕੀ ਆਊਗਾ, ਹਮੇਸ਼ਾ 1 ਆਊਗਾ। ਇਸੇ ਤਰ੍ਹਾਂ ਹੀ ਹੈ। ਤਾਂ ਦੂਜਾ ਭਾਗ ਦੇਖੋ, ਇੱਥੇ ਸਾਈਨ 18 ਅਤੇ ਥੱਲੇ ਹੈ ਕੋਸ 72, ਤਾਂ 18 ਅਤੇ 72 ਨੂੰ ਜੋੜ ਕੇ 90 ਬਣਦਾ, ਸੋ ਇਹਦਾ ਆਨਸਰ ਵੀ 1। ਇਸ ਤਰ੍ਹਾਂ ਬਟਿਆਂ ਦੇ ਵਿੱਚ ਦੋ ਰਕਮਾਂ ਜੋੜ ਕੇ ਕੋਣਾਂ ਨੂੰ 90 ਬਣੂਗਾ ਤਾਂ ਆਨਸਰ 1 ਆਊਗਾ। ਦੂਜਾ, ਦੋ ਰਕਮਾਂ ਹੋਣਗੀਆਂ, ਵਿਚਾਲੇ ਘਟਾਓ ਦੀ ਨਿਸ਼ਾਨੀ ਹੋਊਗੀ, ਇਹਨਾਂ ਦੇ ਵਿੱਚ ਵੀ ਦੋਨੇ ਕੋਣਾਂ ਨੂੰ ਜੋੜ ਕੇ 90 ਬਣਦਾ ਹੋਊਗਾ। ਦੇਖੋ 59 ਅਤੇ 31 90, ਤਾਂ ਘਟਾਓ ਦੀ ਨਿਸ਼ਾਨੀ ਵਾਲੇ ਸਵਾਲਾਂ ਦਾ ਆਨਸਰ 0 ਆਊਗਾ। ਇਵੇਂ ਜਿਵੇਂ ਇਹਦਾ ਦੂਸਰਾ ਭਾਗ ਹੈ 48 ਅਤੇ 42 90, ਤਾਂ ਦੋਨਾਂ ਦਾ ਘਟਾ ਕੇ ਆਨਸਰ ਕਿੰਨਾ ਆ ਗਿਆ, 0। ਹਾਂਜੀ, ਉਸ ਤੋਂ ਬਾਅਦ ਤੀਸਰਾ ਸਵਾਲ ਹੈ, ਸਹੀ ਗਲਤ ਦੱਸਣਾ ਅਸੀਂ, ਸਾਈਨ 90 ਮਾਈਨਸ ਥੀਟਾ। ਤਾਂ ਸਾਈਨ 90 ਮਾਈਨਸ ਜਦੋਂ ਅਸੀਂ ਕਰਦੇ ਹਾਂ ਤਾਂ ਇੱਧਰ ਜਿਹੜਾ ਐਂਗਲ ਤਿਕੋਣ ਮਿਤੀ ਅਨੁਪਾਤ ਹੁੰਦਾ ਹੈਗਾ ਉਹ ਬਦਲ ਜਾਂਦਾ। ਜਦੋਂ ਵੀ ਅਸੀਂ 90 ਮਾਈਨਸ ਕੋਈ ਐਂਗਲ ਕਰਦੇ ਹਾਂ ਤਾਂ ਨਾਲ ਲੱਗਿਆ ਹੋਇਆ ਤਿਕੋਣ ਮਿਤੀ ਅਨੁਪਾਤ ਬਦਲਦਾ। ਬਦਲ ਕੇ ਕਿਵੇਂ ਦਾ ਹੋ ਜਾਂਦਾ ਕਿ ਜੇ ਤਾਂ ਉਹਦੇ ਮੂਹਰੇ ਕੋ ਸ਼ਬਦ ਨਹੀਂ ਲੱਗਿਆ ਹੋਇਆ, ਸੀ ਓ ਕੋ ਨਹੀਂ ਲੱਗਿਆ ਹੋਇਆ, ਫਿਰ ਤਾਂ ਬਦਲ ਕੇ ਉਹਦੇ ਮੂਹਰੇ ਕੋ ਲੱਗ ਜਾਂਦਾ। ਜੇ ਪਹਿਲਾਂ ਹੀ ਲੱਗਿਆ ਹੋਇਆ ਫਿਰ ਉਹ ਹਟ ਜਾਂਦਾ। ਜਿਵੇਂ ਹੁਣ ਇਹੀ ਸਵਾਲ ਆਪਾਂ ਦੇਖੀਏ ਤਾਂ ਇਹਦੇ 'ਚ ਸਾਈਨ 90 ਮਾਈਨਸ ਥੀਟਾ ਹੈ ਤਾਂ ਸਾਈਨ ਬਦਲ ਜੂਗਾ, ਠੀਕ ਹੈ, ਕੋ ਲੱਗ ਜੂ, ਕਿਉਂਕਿ ਕੋ ਲੱਗਿਆ ਨਹੀਂ ਹੋਇਆ ਤਾਂ ਕੋ ਲੱਗ ਜੂ, ਇਹ ਬਣ ਜੂਗਾ ਕੋ ਸਾਈਨ। ਕੋ ਸਾਈਨ ਨੂੰ ਸ਼ੋਰਟ 'ਚ ਲਿਖਦੇ ਨੇ ਕੋਸ, ਤਾਂ ਇਹ ਬਣ ਜੂਗਾ ਕੋਸ ਥੀਟਾ। ਤਾਂ ਫਿਰ ਆਹ ਚੀਜ਼ ਜਿਹੜੀ ਇਹਨਾਂ ਨੇ ਲਿਖੀ ਹੋਈ ਹੈ ਕੋਸੀਕੈਂਟ ਥੀਟਾ, ਇਹ ਗਲਤ ਹੈ। ਠੀਕ ਹੈ ਜੀ, ਜੋ ਵੀ ਤਿਕੋਣ ਮਿਤੀ ਅਨੁਪਾਤ ਹੁੰਦਾ ਜੇ ਉਹਦੇ ਨਾਲ ਕੋ ਸ਼ਬਦ ਲੱਗਿਆ ਹੈ ਤਾਂ ਕੋ ਹਟ ਜਾਂਦਾ ਹੁੰਦਾ, ਜੇ ਨਹੀਂ ਲੱਗਿਆ ਤਾਂ ਲੱਗ ਜਾਂਦਾ ਹੁੰਦਾ, ਸਾਈਨ ਦਾ ਕੋ ਸਾਈਨ ਬਣ ਜੂਗਾ। ਤਾਂ ਇਹਦਾ ਆਂਸਰ ਕੋਸ ਥੀਟਾ ਆਉਣਾ ਚਾਹੀਦਾ, ਇੱਥੇ ਇਹਨਾਂ ਨੇ ਕੋਸੀਕੈਂਟ ਲਿਖਿਆ, ਸੋ ਇਹ ਗਲਤ ਹੈ। ਇਵੇਂ ਜਿਵੇਂ ਜੇ ਟੈਨ ਲੱਗਿਆ ਹੋਵੇ ਤਾਂ ਕੋ ਟੈਨ ਬਣ ਜੂ, ਕੋ ਟੈਂਜੈਂਟ ਥੀਟਾ ਬਣ ਜੂਗਾ। ਉਸ ਤੋਂ ਬਾਅਦ ਪੰਜਵਾਂ ਸਵਾਲ, ਪੰਜਵੇਂ ਸਵਾਲ ਦੇ ਵਿੱਚ ਕੋਟ 85 ਅਤੇ ਕੋਟ 75 ਨੂੰ 0 ਅਤੇ 45 ਡਿਗਰੀ ਦੇ ਵਿਚਕਾਰ ਦੇ ਕੋਣਾਂ ਦੇ ਤਿਕੋਣ ਮਿਤੀ ਅਨੁਪਾਤ ਦੇ ਰੂਪ 'ਚ ਲਿਖੋ। ਤਾਂ ਕੀ ਕਰਨਾ, ਬਿਲਕੁਲ ਸਿੰਪਲ ਕੰਮ ਹੈਗਾ, ਜ਼ਿਆਦਾ ਸੋਚਣ ਵਿਚਾਰਾਂ ਦੀ ਲੋੜ ਨਹੀਂ ਹੈ। ਅਸੀਂ ਦੇਖਣਾ ਵੀ 85 ਕਿਵੇਂ ਬਣਦਾ, 90 ਚੋਂ ਕਿੰਨੇ ਘਟਾਏ ਅਤੇ 85 ਬਣਦਾ, ਠੀਕ ਹੈ ਜੀ। ਐਵੇਂ ਜਿਵੇਂ 75 ਦੇਖਣਾ ਵੀ 90 ਚੋਂ ਕਿੰਨੇ ਘਟਾਏ ਅਤੇ 75 ਬਣਦਾ, ਤਾਂ 90 ਚੋਂ 5 ਘਟਾਏ ਅਤੇ ਕੀ ਬਣਦਾ, 85। ਇਹਨੂੰ ਕੀ ਲਿਖਾਂਗੇ, 90 ਚੋਂ 15 ਘਟਾਏ ਅਤੇ ਕੀ ਬਣਦਾ, 75।
ਬਾਕੀ ਆ ਤ੍ਰਿਕੋਣਮਿਤੀ ਅਨੁਪਾਤ ਉਹੀ ਨੇ ਕੋਟ ਤੇ ਕੋਸ। ਹੁਣ ਦੇਖੋ ਜਿਵੇਂ ਉੱਪਰ ਮੈਂ ਦੱਸਿਆ ਸੀ ਜਦੋਂ 90 ਚੋਂ ਅਸੀਂ ਕੁਛ ਘਟਾ ਕੇ ਲਿਖਦੇ ਹਾਂ, 90 ਚੋਂ ਕੁਛ ਘਟਾ ਕੇ ਲਿਖਦੇ ਹਾਂ ਤਾਂ ਆਹ ਜਿਹੜਾ ਤ੍ਰਿਕੋਣਮਿਤੀ ਅਨੁਪਾਤ ਹੁੰਦਾ ਇਹ ਬਦਲ ਜਾਂਦਾ। ਜੇ ਤਾਂ ਕੋ ਲੱਗਿਆ ਹੋਇਆ ਫਿਰ ਤਾਂ ਕੋ ਹਟ ਜਾਂਦਾ, ਜੇ ਕੋ ਨਹੀਂ ਲੱਗਿਆ ਫਿਰ ਲੱਗ ਜਾਂਦਾ। ਜਿਵੇਂ ਹੁਣ ਦੇਖੋ ਦੋਨਾਂ ਨਾਲ ਕੋ ਲੱਗਿਆ ਹੋਇਆ ਹੈਗਾ ਕੋਟ, ਯਾਨੀ ਕਿ ਕੋਟੇਂਜੈਂਟ, ਕੋਟੈਨ। ਇਹ ਹੈਗਾ ਕੋਸ, ਯਾਨੀ ਕਿ ਕੋਸਾਈਨ, ਤਾਂ ਕੋ ਹਟ ਜੂਗਾ, ਇਹ ਰਹਿ ਜੂਗਾ ਇਕੱਲਾ ਟੈਨ, ਇਹ ਰਹਿ ਜੂਗਾ ਸਾਈਨ। ਠੀਕ, ਤਾਂ ਜੇ ਇਹੋ ਜਿਹਾ ਸਵਾਲ ਆਵੇ 0 ਤੇ 45 ਦੇ ਵਿਚਕਾਰ ਦੇ ਕੋਣਾਂ 'ਚ ਲਿਖਣ ਵਾਲਾ, ਤਾਂ ਕਰਨਾ ਕੀ ਹੈ, ਪਹਿਲਾਂ ਤਾਂ ਕੋਣਾਂ ਨੂੰ ਤੁਸੀਂ ਲਿਖਣਾ ਵੀ 90 ਚੋਂ ਕਿੰਨੇ ਘਟਾਏ ਤੇ ਉਹ ਕੋਣ ਬਣਦਾ ਹੈ। ਜਿਵੇਂ 85, 90-5, 75, 90-15, ਆਹ ਉਵੇਂ ਲਿਖੇ ਜਾਣਗੇ। ਅਗਲੇ ਸਟੈਪ 'ਚ ਕੀ ਕਰਨਾ, ਜੇ ਕੋ ਸ਼ਬਦ ਨਹੀਂ ਹੈਗਾ ਤਾਂ ਲਾ ਦਿਓ, ਜੇ ਲੱਗਿਆ ਹੋਇਆ ਤਾਂ ਹਟਾ ਦਿਓ। ਜਿਵੇਂ 'ਚ ਕੋ ਟੈਨ ਸੀਗਾ ਤਾਂ ਟੈਨ ਰਹਿ ਗਿਆ, ਜੇ ਕੋ ਸਾਈਨ ਸੀਗਾ ਤਾਂ ਸਾਈਨ ਰਹਿ ਗਿਆ। ਉਸ ਤੋਂ ਬਾਅਦ ਅੱਗੇ ਹੈ ਮੁੱਲ ਪਤਾ ਕਰੋ ਵਾਲਾ ਸਵਾਲ। ਇਹਦੇ ਵਾਸਤੇ ਤੁਹਾਨੂੰ ਟੇਬਲ ਯਾਦ ਹੋਣਾ ਚਾਹੀਦਾ ਅਨੁਪਾਤਾਂ ਦਾ। ਠੀਕ ਹੈ, ਸਾਈਨ 60, ਕੋਸ 30, ਕੋਸ 60, ਸਾਈਨ 30। ਸਾਈਨ 60 ਦਾ ਮੁੱਲ ਹੁੰਦਾ ਹੈ ਵਰਗਮੂਲ 3/2, ਕੋਸ 30 ਦਾ ਮੁੱਲ ਹੁੰਦਾ ਹੈ ਵਰਗਮੂਲ 3/2, ਕੋਸ 60 ਦਾ 1/2, ਸਾਈਨ 30 ਦਾ ਵੀ 1/2। ਗੁਣਾ ਹੋ ਜੂਗੀ ਵਰਗਮੂਲ, ਵਰਗਮੂਲ ਖਤਮ ਹੋ ਕੇ 3 ਰਹਿ ਗਿਆ, ਥੱਲੇ 2 2 4, ਇੱਧਰ 1/4, ਜੋੜ ਕੇ 1 ਆ ਗਿਆ। ਇਸੇ ਤਰ੍ਹਾਂ ਹੀ ਇਹ ਸਵਾਲ ਹੈ ਮੁੱਲ ਪਤਾ ਕਰੋ ਵਾਲਾ। ਇਹਦੇ 'ਚ 2 tan² 45 ਹੈ, cos² 30 ਹੈ ਅਤੇ -sin² 60 ਹੈ। ਟੈਨ 45 ਦਾ ਮੁੱਲ ਹੁੰਦਾ ਹੈ 1, cos 30 ਹੁੰਦਾ ਹੈ ਵਰਗਮੂਲ 3/2, ਉੱਪਰ ਪਾਵਰ 2 ਹੈ। sin 60 ਹੁੰਦਾ ਹੈ ਵਰਗਮੂਲ 3/2, ਉੱਪਰ ਪਾਵਰ 2। ਦੋਨੋਂ ਸੇਮ ਨੇ, ਘਟਾ ਕੇ ਆਂਸਰ 0 ਬਣ ਗਿਆ ਹੈ। ਇਹ ਬਣ ਗਿਆ 2 × 1 = 2। ਉਸ ਤੋਂ ਬਾਅਦ ਆਪਸ਼ਨਸ ਵਾਲੇ ਕੁਐਸਚਨ ਆ ਜਾਂਦੇ ਨੇ, ਸਹੀ ਵਿਕਲਪ ਚੁਣੋ। ਤਾਂ ਇਹ ਸਾਨੂੰ ਕੁਐਸਚਨ ਪੁੱਛਿਆ 1 - tan² 45, 1 + tan² 45 ਦਾ ਸਹੀ ਆਪਸ਼ਨ ਕੀ ਹੋਊਗਾ, ਟੈਨ 90 ਹੋਊ, 1 ਹੋਊ, ਸਾਈਨ 45 ਹੋਊ ਜਾਂ 0 ਹੋਊ। ਤਾਂ ਸਹੀ ਆਪਸ਼ਨ ਇਹਦਾ 0 ਹੈ। 0 ਕਿਉਂ ਹੈ, ਅਸੀਂ ਦੇਖਦੇ ਹਾਂ ਕਿ ਟੈਨ 45 ਦਾ ਮੁੱਲ ਕਿੰਨਾ ਹੁੰਦਾ, 1, ਤਾਂ 1 - 1 ਬਟੇ ਕੀ ਆਊਗਾ, 1 + 1, ਤਾਂ ਉੱਪਰ 0 ਆਜੂਗੀ, ਤਾਂ ਆਂਸਰ ਕੀ ਆ ਗਿਆ, 0। ਫਿਰ ਹੈ ਕਿ sin 2a = ਹੁੰਦਾ ਹੈ 2 sin a ਦੇ, ਇਹ ਕਦੋਂ ਹੁੰਦਾ ਹੈ, ਫਿਰ ਉਦੋਂ a ਦਾ ਮੁੱਲ ਕੀ ਹੋਣਾ ਚਾਹੀਦਾ, ਤਾਂ ਇਹ ਤੁਸੀਂ ਇਹ ਸੱਚ ਯਾਦ ਰੱਖ ਲਓ 0, ਕਿਉਂਕਿ ਇੱਥੇ ਜੇ ਤੁਸੀਂ 0 ਭਰੋਗੇ ਤਾਂ ਵੀ 0 ਬਣੂ, ਇੱਥੇ 0 ਭਰੋਗੇ ਤਾਂ ਵੀ 0 ਬਣੂ। ਸੋ a ਦੀ ਵੈਲਿਊ 0 ਹੋਣੀ ਚਾਹੀਦੀ ਹੈ, ਤਾਂ ਹੀ ਇਹ ਦੋਨੋਂ ਬਰਾਬਰ ਹੋਣਗੇ। ਫਿਰ ਇਸ ਤਰ੍ਹਾਂ ਦੇ ਸਵਾਲ ਆ ਜਾਂਦੇ ਨੇ ਜਿਹਦੇ 'ਚ ਪਾਵਰ 2 ਹੁੰਦੀ ਹੈ, 2 ਤ੍ਰਿਕੋਣਮਿਤੀ ਅਨੁਪਾਤਾਂ ਦੀ, ਉਹਨਾਂ 'ਚ ਇੱਕ ਗਿਣਤੀ ਦਾ ਅੱਖਰ ਸਾਂਝਾ ਹੁੰਦਾ, ਜਿਵੇਂ ਇਹ 'ਚ 9 ਆ, ਇੱਥੇ ਵੀ 9 ਆ। ਠੀਕ, ਵਿਚਾਲੇ ਨਿਸ਼ਾਨੀ ਨੇ ਮੈਟਰ ਨਹੀਂ ਕਰਦੀ, ਚਾਹੇ ਪਲੱਸ ਹੋਵੇ ਚਾਹੇ ਮਾਈਨਸ ਹੋਵੇ, ਉਹ ਇਸ ਤਰੀਕੇ ਨਾਲ ਲਿਖਿਆ ਹੋਊਗਾ ਕਿ ਉਹਦਾ ਜਵਾਬ ਸਾਂਝਾ ਅੱਖਰ ਆਊਗਾ। ਤਾਂ ਇਹਦਾ ਆਂਸਰ ਕੀ ਆਉਂਦਾ ਹੁੰਦਾ, ਜਿਹੜਾ ਇਹਨਾਂ ਦੋਨਾਂ 'ਚ ਸਾਂਝਾ ਅੱਖਰ ਆਉਂਦਾ ਗਿਣਤੀ ਦਾ 9, ਤਾਂ ਉਹੀ ਇਹਦਾ ਆਂਸਰ ਆਉਂਦਾ ਹੁੰਦਾ ਇਹੋ ਜਿਹੇ ਸਵਾਲਾਂ ਦਾ ਜਿਹਦੇ 'ਚ ਪਾਵਰਾਂ 2 ਹੋਣ। ਜਿਵੇਂ ਸੀਕੈਂਟ ਦੀ ਪਾਵਰ 2 ਹੈ ਅਤੇ ਟੈਨ ਦੀ ਪਾਵਰ 2 ਹੈ, ਵਿਚਾਲੇ ਪਲੱਸ ਹੋਵੇ ਮਾਈਨਸ ਹੋਵੇ, ਠੀਕ ਹੈ, ਉਹ ਫਾਰਮੂਲਾ ਆਪਦੇ ਆਪ ਉਹ ਉਸ ਤਰੀਕੇ ਨਾਲ ਹੀ ਲਿਖਣਗੇ ਸਵਾਲ 'ਚ। ਪਲੱਸ ਵਾਲੇ ਲਈ ਪਲੱਸ ਹੋਊਗਾ, ਮਾਈਨਸ ਵਾਲੇ ਲਈ ਮਾਈਨਸ ਹੋਊਗਾ। ਤਾਂ ਸਾਂਝਾ ਅੱਖਰ ਜਿਹੜਾ ਹੁੰਦਾ ਗਿਣਤੀ ਦਾ ਉਹੀ ਆਂਸਰ ਆਉਂਦਾ ਹੁੰਦਾ, ਤਾਂ ਇਹ 'ਚ ਕੀ ਆਊਗਾ, 9। ਸੋ ਇੱਥੇ ਜਿਵੇਂ ਅਗਲਾ ਹੈ ਦੇਖੋ, 5 cos² a + 5 sin² a, ਤਾਂ ਪਾਵਰਾਂ 2 2 ਨੇ ਗੀਆਂ, ਸਾਂਝਾ ਅੱਖਰ ਕੀ ਹੈ, 5, ਤਾਂ ਇਹਦਾ ਆਂਸਰ ਕੀ ਆਊਗਾ, 5।
ਹੁਣ ਖਾਲੀ ਥਾਂ ਆ ਜਾਂਦੀ ਹੈ ਭਰਨ ਵਾਸਤੇ ਟੈਨ 90 ਮਾਈਨਸ ਏ। ਤੁਹਾਨੂੰ ਦੱਸਿਆ ਸੀਗਾ ਵੀ ਜਦੋਂ 90 ਦੇ ਵਿੱਚੋਂ ਕੁਝ ਘਟਾਉਣੇ ਆ ਤਾਂ ਫਿਰ ਆ ਤ੍ਰਿਕੋਣਮਿਤੀ ਅਨੁਪਾਤ ਬਦਲਦਾ ਹੈ। ਕਿਸ ਤਰ੍ਹਾਂ ਬਦਲਦਾ ਹੈ? ਜੇ ਕੋ ਲੱਗਿਆ ਹੋਇਆ ਹੈ ਤਾਂ ਹਟ ਜਾਂਦਾ ਹੈ, ਜੇ ਕੋ ਸ਼ਬਦ ਨਹੀਂ ਹੈਗਾ ਤਾਂ ਲੱਗ ਜਾਂਦਾ। ਤਾਂ ਹੁਣ ਇੱਥੇ ਕੋ ਹੈ ਨੀਗਾ ਤਾਂ ਇਹ ਕੀ ਬਣ ਜੂਗਾ? ਇਹਦੇ ਨਾਲ ਕੋ ਲੱਗ ਜੂਗਾ, ਬਣ ਜੂ ਕੋ ਟੈਨ, ਯਾਨੀ ਕਿ ਕੋਟ ਨਾਲ ਕੀ ਲੱਗੂ? ਏ, ਕੋਟ ਏ। ਸੋ ਟੈਨ 90 ਮਾਈਨਸ ਏ ਦਾ ਕੀ ਬਣ ਗਿਆ? ਕੋਟ ਏ। ਉਸ ਤੋਂ ਬਾਅਦ ਚਾਰ ਚਾਰ ਅੰਕਾਂ ਵਾਲੇ ਸਵਾਲ ਆ ਜਾਂਦੇ ਨੇ। ਚਾਰ ਚਾਰ ਅੰਕਾਂ ਦੇ ਸਵਾਲਾਂ 'ਚ ਜੇਕਰ 15 ਕੋਟ ਏ ਬਰਾਬਰ 8 ਹੋਵੇ ਤਾਂ ਸਾਈਨ ਏ ਅਤੇ ਸੀਕੈਂਡ ਏ ਪਤਾ ਕਰੋ। ਇਹਦੇ ਨਾਲ ਦੇ ਸਵਾਲ ਹੈਗੇ ਨੇ 8.1 ਦੇ ਵਿੱਚ ਤੀਜਾ ਅਤੇ ਪੰਜਵਾਂ, ਇਹ ਤੁਸੀਂ ਆਪ ਕਰਕੇ ਦੇਖਣੇ ਨੇ। ਸੋ ਇਹਨੂੰ ਸਮਝਦੇ ਹਾਂ ਪਹਿਲਾਂ ਕਿਵੇਂ ਕਰਨਾ। ਸਭ ਤੋਂ ਪਹਿਲਾਂ ਅਸੀਂ ਇਹਨੂੰ ਅਨੁਪਾਤ ਦੇ ਰੂਪ 'ਚ ਲਿਖ ਲੈਣਾ ਹੈਗਾ। 15 ਇੱਧਰ ਜਾ ਕੇ ਭਾਗ ਹੋ ਗਿਆ 8/15। ਕੋਟ ਜਿਹੜਾ ਹੈ ਉਹ ਕਿਹਦਾ ਕਿਹਦਾ ਅਨੁਪਾਤ ਹੁੰਦਾ? ਆਧਾਰ ਅਤੇ ਲੰਬ ਦਾ, ਆਧਾਰ ਬਟੇ ਲੰਬ। ਤਾਂ ਅਸੀਂ ਆਧਾਰ ਮੰਨ ਲਿਆ 8K, ਉੱਪਰ 8 ਹੈ ਦੇਖੋ, ਲੰਬ 15K। ਸਾਨੂੰ ਕਰਨ ਨਹੀਂ ਪਤਾ ਤਾਂ ਪਾਇਥਾਗੋਰਸ ਥਿਓਰਮ ਲਾਵਾਂਗੇ। ਇੱਥੇ ਪਾਇਥਾਗੋਰਸ ਥਿਓਰਮ ਦੇ ਅਨੁਸਾਰ ਸਾਡੇ ਕੋਲ ਕਰਨ ਦਾ ਵਰਗ ਜਿਹੜਾ ਉਹ ਲੰਬ ਅਤੇ ਆਧਾਰ ਦੇ ਵਰਗਾਂ ਦਾ ਜੋੜ ਹੁੰਦਾ ਹੈ। ਮੁੱਲ ਭਰੇ ਲੰਬ ਦੇ ਅਤੇ ਆਧਾਰ ਦੇ, ਇਹ ਆ ਗਿਆ ਜੀ 299 ਕੇ ਦੀ ਪਾਵਰ 2। ਕਰਨ ਕਿੰਨਾ ਆ ਗਿਆ? 299 ਦਾ ਵਰਗ ਮੁੱਲ ਲਵਾਂਗੇ 17K। ਹੁਣ ਸਾਨੂੰ ਲੰਬ, ਆਧਾਰ ਅਤੇ ਕਰਨ ਤਿੰਨੇ ਪਤਾ ਲੱਗ ਗਏ ਤਾਂ ਅਸੀਂ ਸਾਈਨ ਅਤੇ ਸੀਕੈਂਟ ਆਸਾਨੀ ਨਾਲ ਹੱਲ ਕਰ ਸਕਦੇ ਹਾਂ। ਸਾਈਨ ਕਿਹਦਾ ਅਨੁਪਾਤ ਹੁੰਦਾ? ਲੰਬ ਅਤੇ ਕਰਨ ਦਾ। ਲੰਬ ਹੈ 15K, ਕਰਨ ਹੈ, ਅਸੀਂ ਹੱਲ ਕੀਤਾ ਆ ਦੇਖੋ ਇੱਥੇ 17K। ਤਾਂ ਇਹ ਕੱਟ ਕੇ ਕੇ ਨੂੰ 15/17 ਆ ਗਿਆ। ਸੀਕੈਂਟ ਏ ਕਿਹਦਾ ਅਨੁਪਾਤ ਹੁੰਦਾ? ਕਰਨ ਬਟੇ ਆਧਾਰ ਹੁੰਦਾ ਇਹ। ਤਾਂ ਇਹ ਕੀ ਆਊਗਾ? ਕਰਨ ਹੈ 17K, ਆਧਾਰ ਹੈ 8K। ਸੋ ਕੱਟ ਕੇ ਆ ਗਿਆ 17/8। ਦੂਸਰਾ ਜਿਹੜਾ ਜ਼ਰੂਰੀ ਸਵਾਲ ਸਿੱਧ ਕਰੋ ਦੇ ਵਿੱਚ ਆ ਜਾਂਦਾ। ਦੋਨੇ ਸਵਾਲ ਜਿਹੜੇ ਇਹ ਤੁਸੀਂ ਦੇਖਦੇ ਹੋ ਇੱਥੇ, ਇਹ ਬਿਲਕੁਲ ਇੱਕੋ ਹੀ ਤਰੀਕੇ ਨਾਲ ਹੋਣ ਵਾਲੇ ਨੇ। ਬਸ ਫਰਕ ਇੰਨਾ ਕਿ ਵੀ ਇੱਕ ਦੇ ਵਿੱਚ ਵਰਗ ਪਾਇਆ ਹੋਇਆ, ਇੱਕ ਦੇ ਵਿੱਚ ਵਰਗ ਮੂਲ ਪਾਇਆ ਹੋਇਆ। ਤਰੀਕਾ ਇੱਕੋ ਹੀ ਹੈ, ਪ੍ਰਮੇਈਕਰਨ ਕਰਨਾ ਦੋਨਾਂ ਦਾ। ਸੋ ਇਹਦੇ 'ਚ ਹੈ ਸਿੱਧ ਕਰੋ, ਪਹਿਲਾ ਭਾਗ ਅਸੀਂ ਦੇਖਦੇ ਹਾਂ। ਸਿੱਧ ਕਰੋ ਕਿ ਇਸ ਚੀਜ਼ ਦਾ ਵਰਗ ਜਿਹੜਾ ਹੈ ਉਹ ਇਸ ਅਨੁਪਾਤ ਦੇ ਬਰਾਬਰ ਹੈ। ਤਾਂ ਅਸੀਂ ਕੀ ਕਰਨਾ? ਸੱਜਾ ਪਾਸਾ ਲੈ ਲੈਣਾ, ਜੋ ਵੀ ਬਟਿਆਂ 'ਚ ਹੈ ਚੀਜ਼ ਉਸੇ ਦਾ ਹੀ ਪ੍ਰਮੇਈਕਰਨ ਕਰ ਸਕਦੇ ਹਾਂ ਅਸੀਂ, ਕਿਉਂਕਿ ਉਹ 'ਚ ਅੰਸ਼ ਬਟੇ ਹਰ ਹੁੰਦਾ। ਸੋ ਇਹਦਾ ਸੱਜਾ ਪਾਸਾ ਲੈ ਲੈਣਾ ਹੈਗਾ, ਰਾਈਟ ਹੈਂਡ ਸਾਈਡ। ਤਾਂ ਦੇਖੋ ਇਹਨੂੰ ਉਵੇਂ ਲਿਖ ਲਿਆ, ਥੱਲੇ ਵਾਲੇ ਜੋ ਹੇਠਾਂ ਲਿਖੀ ਹੋਈ ਰਕਮ ਹੈ ਉਹਦੀ ਨਿਸ਼ਾਨੀ ਬਦਲ ਕੇ ਉੱਪਰ ਅਤੇ ਥੱਲੇ ਗੁਣਾ ਕਰਨੀ ਹੈ, ਪ੍ਰਮੇਈਕਰਨ। ਇਸ ਤਰ੍ਹਾਂ ਕਰਦੇ ਹਾਂ ਅਸੀਂ, ਥੱਲੇ ਵਾਲੀ ਰਕਮ ਦੀ ਨਿਸ਼ਾਨੀ, ਜੇ ਪਲੱਸ ਹੈ ਤਾਂ ਮਾਈਨਸ, ਜੇ ਮਾਈਨਸ ਹੈ ਤਾਂ ਪਲੱਸ। ਤਾਂ ਇੱਥੇ ਪਲੱਸ ਸੀਗਾ ਥੱਲੇ, ਤਾਂ ਅਸੀਂ ਮਾਈਨਸ ਕਰਕੇ ਨਿਸ਼ਾਨੀ ਉੱਪਰ ਥੱਲੇ ਗੁਣਾ ਕਰਤੀ। ਜਦੋਂ ਉੱਪਰ ਥੱਲੇ ਗੁਣਾ ਕਰਾਂਗੇ ਦੇਖੋ ਦੋਨੋਂ ਇੱਕੋ ਜਿਹੇ ਨੇ, ਇੱਕੋ ਜਿਹਿਆਂ ਨੂੰ ਗੁਣਾ ਹੋਊਗੀ ਤਾਂ ਪਾਵਰ 2 ਹੋਜੂ। ਥੱਲੇ ਏ ਪਲੱਸ ਬੀ, ਏ ਮਾਈਨਸ ਬੀ ਵਾਲਾ ਫਾਰਮੂਲਾ ਲੱਗ ਜੂਗਾ, ਤਾਂ ਏ ਦੀ ਪਾਵਰ 2 ਮਾਈਨਸ ਬੀ ਦੀ ਪਾਵਰ 2। ਉੱਪਰਲਾ ਉਵੇਂ ਲਿਖਿਆ ਗਿਆ, ਥੱਲੇ ਵਾਲਾ ਬਣ ਗਿਆ 1 ਦੀ ਪਾਵਰ 2 ਕਰਾਂਗੇ ਤਾਂ ਇੱਕੋ ਹੀ ਰਹੂਗਾ, 1 ਮਾਈਨਸ ਕੋਸ ਸਕੁਅਰ ਥੀਟਾ। ਤਾਂ ਇਹ ਸਾਨੂੰ ਪਤਾ ਹੈ ਕਿ ਹੁੰਦਾ, ਇਹ ਹੁੰਦਾ ਸਾਈਨ ਸਕੁਅਰ ਥੀਟਾ, ਉੱਪਰ ਵਾਲਾ ਉਵੇਂ ਹੀ। ਹੁਣ ਦੋਨਾਂ ਦੀ ਪਾਵਰ 2-2 ਹੈ ਤਾਂ ਸਾਂਝੀ ਪਾਵਰ ਲਿਖ ਲਾਂਗੇ ਅਸੀਂ ਬ੍ਰੈਕਟ ਦੇ ਵਿੱਚ, 1 ਮਾਈਨਸ ਕੋਸ ਥੀਟਾ ਬਟੇ ਸਾਈਨ ਥੀਟਾ ਸਾਰੇ ਦੀ ਪਾਵਰ 2। ਇਸ ਸਾਈਨ ਨਾਲ ਇਕੱਲੇ ਇਕੱਲੇ ਉੱਪਰਲੇ ਭਾਗ ਨੂੰ ਅਸੀਂ ਭਾਗ ਕਰ ਦਾਂਗੇ। ਪਹਿਲਾਂ 1 ਨੂੰ ਭਾਗ ਕਰਾਂਗੇ ਸਾਈਨ ਨਾਲ, ਮਾਈਨਸ ਪਾ ਕੇ ਫਿਰ ਕੋਸ ਨੂੰ ਸਾਈਨ ਨਾਲ ਭਾਗ ਕਰਾਂਗੇ।
ਏ ਬਣ ਜੂ ਇੱਕ ਵਟੇ ਸਾਈਨ ਹੁੰਦਾ ਕੋਸੀਕੈਂਟ ਥੀਟਾ, ਕੋਸ ਵਟੇ ਸਾਈਨ ਹੁੰਦਾ ਕੋਟ ਥੀਟਾ, ਤਾਂ ਇਹ ਪਾਵਰ 2 ਉਵੇਂ ਰਹਿ ਗਈ। ਤਾਂ ਦੇਖੋ ਇਹੀ ਸਾਡਾ ਖੱਬਾ ਪਾਸਾ ਸੀਗਾ ਜੋ ਅਸੀਂ ਸਿੱਧ ਕਰਨਾ ਸੀ ਰਕਮ ਦੇ ਵਿੱਚ। ਸੋ ਇਹ ਸਵਾਲ ਸਾਡਾ ਹੱਲ ਹੋ ਗਿਆ। ਇਵੇਂ ਜਿਵੇਂ ਦੂਸਰਾ ਹੈ, ਦੂਸਰੇ ਦੇ ਵਿੱਚ ਅੰਸ਼ ਵਟੇ ਹਰ ਦੇ ਰੂਪ 'ਚ ਕੀ ਹੈ ਖੱਬਾ ਪਾਸਾ, ਤਾਂ ਅਸੀਂ ਇਹਨੂੰ ਖੱਬੇ ਪਾਸੇ ਤੋਂ ਹੱਲ ਕਰਨਾ ਸ਼ੁਰੂ ਕਰਾਂਗੇ। ਤਾਂ ਇਹਦੇ 'ਚ ਵੀ ਅਸੀਂ ਪ੍ਰਮੇਯੀਕਰਨ ਕਰਨਾ, ਦੇਖੋ ਥੱਲੇ ਵਾਲੇ ਭਾਗ ਦੀ ਨਿਸ਼ਾਨੀ ਬਦਲਣੀ ਹੈ, ਉੱਪਰ ਹੇਠਾਂ ਗੁਣਾ ਕਰ ਦੇਣੀ ਹੈ, ਇੱਥੇ ਨਿਸ਼ਾਨੀ ਜਿਹੜੀ ਉਹ ਗਲਤ ਹੋ ਗਈ, ਇੱਥੇ ਪਲੱਸ ਆਊਗਾ। ਸੋ 1 + sin A / 1 - sin A, ਥੱਲੇ ਮਾਈਨਸ ਹੈ, ਨਿਸ਼ਾਨੀ ਬਦਲ ਕੇ ਪਲੱਸ ਕਰਕੇ ਉੱਪਰ ਵੀ ਥੱਲੇ ਵੀ ਗੁਣਾ ਕਰਤੀ, ਉੱਪਰ ਇੱਕੋ ਜਿਹੇ ਨੇ ਤਾਂ ਪਾਵਰ ਇਹਨਾਂ ਦੀ 2 ਹੋ ਗਈ। ਠੀਕ, ਥੱਲੇ ਏ ਮਾਈਨਸ ਬੀ ਏ ਪਲੱਸ ਬੀ, ਤਾਂ ਏ ਦੀ ਪਾਵਰ 2 ਮਾਈਨਸ ਬੀ ਦੀ ਪਾਵਰ 2, ਉਹੀ ਜੋ ਪਹਿਲੇ ਸਵਾਲ 'ਚ ਕੀਤਾ ਸੀ। ਥੱਲੇ ਉੱਪਰ ਉਹੀ ਰਹਿ ਗਿਆ, ਥੱਲੇ ਬਣ ਗਿਆ 1 - sin² A। ਤਾਂ 1 - ਜਦੋਂ ਕੋਸ ਸੀਗਾ ਇੱਥੇ ਦੇਖੋ ਉਦੋਂ ਸਾਈਨ ਬਣਿਆ ਸੀ, ਤਾਂ ਜਦੋਂ ਇੱਥੇ ਹੁਣ 1 - sin² A ਹੈ ਤਾਂ ਇਹ ਕੀ ਬਣੂਗਾ cos² A, ਇੱਕ ਦੂਜੇ ਦੇ ਅਨੁਪਾਤ ਬਰਾਬਰ ਹੈ, ਉਲਟ ਅਨੁਪਾਤੀ ਨੇ, ਤਾਂ ਇਹ ਚੀਜ਼ ਆ ਗਈ। ਹੁਣ ਦੋਨਾਂ ਦੀ ਪਾਵਰ 2 ਹੈ ਤਾਂ ਸਾਂਝੀ ਲਿਖ ਲਈ ਪਾਵਰ 2 ਇਹਨਾਂ ਦੀ, ਵਰਗਮੂਲ ਦੇ ਨਾਲ ਆ 2 ਪਾਵਰ ਖਤਮ ਹੋ ਗਈ, ਵਰਗਮੂਲ ਦੇ ਨਾਲ ਵਰਗ ਖਤਮ ਹੋ ਗਿਆ, ਰਹਿ ਗਿਆ ਇਕੱਲਾ ਅੰਦਰਲਾ ਆ ਭਾਗ। ਹੁਣ ਫਿਰ ਉਸ ਤਰ੍ਹਾਂ ਹੀ ਇਕੱਲੇ ਇਕੱਲੇ ਦੇ ਨਾਲ ਭਾਗ ਕਰਾਂਗੇ, 1 - cos A ਫਿਰ sin A / cos A। ਤਾਂ 1 - cos A ਹੁੰਦਾ secant A, sin / cos ਹੁੰਦਾ tan A, ਤਾਂ ਇਹ ਕੀ ਹੈ ਸੱਜਾ ਪਾਸਾ ਸਾਡਾ, ਤਾਂ ਇਹਦੇ ਨਾਲ ਇਹ ਸਵਾਲ ਜਿਹੜਾ ਉਹ ਸਿੱਧ ਹੋ ਗਿਆ। ਉਸ ਤੋਂ ਬਾਅਦ ਇੱਕ ਹੋਰ ਬੜਾ ਸੌਖਾ ਜਿਹਾ ਕੁਐਸਚਨ ਹੈ, ਜੇਕਰ AB ਅਤੇ C ਤ੍ਰਿਭੁਜ ABC ਦੇ ਅੰਦਰੂਨੀ ਕੋਣ ਹੋਣ ਤਾਂ ਦਿਖਾਓ ਕਿ sin B + C/2 ਬਰਾਬਰ ਹੈ cos A ਅਤੇ cos A + B/2 ਬਰਾਬਰ ਹੈ sin C/2। ਤਾਂ ਇਹ ਅਸੀਂ ਇਸ ਤਰੀਕੇ ਨਾਲ ਕਰਨਾ ਹੈ, ਇਹ ਭਾਗ ਮੈਂ ਹੱਲ ਕਰ ਰਿਹਾ, ਪਹਿਲਾ ਦੂਜਾ ਤੁਸੀਂ ਆਪ ਕਰੋਗੇ। ਤਾਂ ਉਹਨਾਂ ਨੇ ਕਿਹਾ ABC ਤ੍ਰਿਭੁਜ ABC ਦੇ 3 ਕੋਣ ਨੇ ਅੰਦਰਲੇ, ਤਾਂ ਅੰਦਰਲੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਤ੍ਰਿਭੁਜ ਦੇ, 180, ਤਾਂ ਅਸੀਂ ਲਿਖ ਲੈਣਾ ਦੋਨਾਂ ਦੇ ਵਿੱਚ ਪਹਿਲਾ ਸਟੈਪ ਸੇਮ ਹੋਊਗਾ। ਠੀਕ, ਫਿਰ ਅਸੀਂ ਕੀ ਕਰਨਾ ਹੈ, ਧਿਆਨ ਦੇਣਾ ਸਵਾਲ ਦੇ ਉੱਤੇ ਕਿ ਖੱਬੇ ਪਾਸੇ ਕਿਹੜੇ 2 ਕੋਣ ਰੱਖੇ ਹੋਏ ਨੇ ਉਹਨਾਂ ਨੇ, ਦੇਖੋ ਖੱਬੇ ਪਾਸੇ ਕਿਹੜੇ ਨੇ B ਅਤੇ C, ਸੱਜੇ ਪਾਸੇ A। ਤਾਂ ਜਿਹੜੇ ਸਵਾਲ 'ਚ ਖੱਬੇ ਪਾਸੇ ਰੱਖੇ ਨੇ ਕੋਣ, ਉਹਨਾਂ ਨੂੰ ਅਸੀਂ ਖੱਬੇ ਪਾਸੇ ਰੱਖ ਲੈਣਾ, ਸੱਜੇ ਪਾਸੇ ਵਾਲਾ ਜਿਹੜਾ ਰੱਖਿਆ ਉਹਨੂੰ ਸੱਜੇ ਪਾਸੇ, ਤਾਂ ਜਿਹੜਾ ਏ ਕੋਣ ਹੈ ਉਹ ਇੱਧਰ ਲੈ ਜਾਣਾ ਅਸੀਂ ਸੱਜੇ ਪਾਸੇ। ਠੀਕ, ਤਾਂ ਇਹ ਬਣ ਗਿਆ B + C = 180 - A, ਦੋਨੇ ਪਾਸੇ 2 ਨਾਲ ਭਾਗ ਕਰ ਦੇਣਾ, ਭਾਗ ਕਰਕੇ ਆ ਤਾਂ ਉਵੇਂ ਰਹੂਗਾ, ਏ 180/2 ਕਰਾਂਗੇ ਤਾਂ 90 ਆ ਗਿਆ A/2। ਹੁਣ ਦੇਖਣਾ ਤਿਕੋਣ ਮਿਤੀ ਅਨੁਪਾਤ ਕਿਹੜਾ ਵਰਤਿਆ ਹੋਇਆ, ਤਿਕੋਣ ਮਿਤੀ ਅਨੁਪਾਤ ਖੱਬੇ ਪਾਸੇ ਹੈਗਾ ਸਾਈਨ, ਤਾਂ ਦੋਨੇ ਪਾਸੇ ਅਸੀਂ ਇਹਨਾਂ ਦੇ ਸਾਈਨ ਅਨੁਪਾਤ ਲਾ ਦੇਣਾ, sin sin, ਖੱਬਾ ਪਾਸਾ ਤਾਂ ਉਵੇਂ ਰਹੂਗਾ, ਇਹ 'ਚ ਕੋਈ ਬਦਲਾਅ ਨਹੀਂ। ਸੱਜੇ ਪਾਸੇ ਤੁਸੀਂ ਦੇਖਦੇ ਹਾਂ ਵੀ ਜਦੋਂ 90 'ਚੋਂ ਕੁਛ ਘਟਾਉਂਦੇ ਹਾਂ ਤਾਂ ਫਿਰ ਆਹ ਤਿਕੋਣ ਮਿਤੀ ਅਨੁਪਾਤ ਬਦਲਦਾ ਹੁੰਦਾ, ਜੇ ਕੋ ਲੱਗਿਆ ਹੋਵੇ ਤਾਂ ਹਟ ਜਾਂਦਾ, ਜੇ ਨਾ ਲੱਗਿਆ ਹੋਵੇ ਤਾਂ ਲੱਗ ਜਾਂਦਾ, ਤਾਂ ਸਾਈਨ ਹੈ ਇੱਥੇ, ਕੋ ਹੈ ਨਹੀਂ, ਤਾਂ ਕੋ ਲੱਗ ਜੂਗਾ, ਕੋ ਸਾਈਨ ਬਣ ਗਿਆ ਇਹ A/2। ਸੋ ਇਸੇ ਤਰੀਕੇ ਨਾਲ ਹੀ ਤੁਸੀਂ ਇਹਦਾ ਦੂਜਾ ਭਾਗ ਹੱਲ ਕਰਨਾ ਹੈਗਾ, ਉਹਦੇ 'ਚ ਏ ਅਤੇ ਬੀ ਖੱਬੇ ਪਾਸੇ ਰੱਖਣੇ ਨੇ, ਸੀ ਸੱਜੇ ਪਾਸੇ। ਸੋ ਇਹ ਸੀਗਾ 8ਵਾਂ ਅਭਿਆਸ। ਸੋ ਅਗਲਾ ਚੈਪਟਰ ਆਪਾਂ ਹੁਣ 14ਵਾਂ ਰਿਵਾਈਜ਼ ਕਰਾਂਗੇ।